ਸਵਾਗਤ ਹੈ ਪੀ.ਟੀ.ਸੀ. ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਪੀ.ਟੀ.ਸੀ. ਨਿਊਜ਼ ਦਾ ਸੋਸ਼ਲ ਮੀਡੀਆ ਨੈਟਵਰਕ ਔਰ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿਸ ਦੀ ਸਭ ਨੂੰ ਉਡੀਕ ਸੀ ਕਿ ਨਵੀਆਂ ਗਾਈਡਲਾਈਨਸ ਨਵੀਆਂ ਹਦਾਇਤਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣੀਆਂ ਨੇ ਉਹ ਨਵੀਆਂ ਹਦਾਇਤਾਂ ਕੀ ਨੇ ਔਰ ਕੀ ਕੀ ਢਿੱਲ ਰਹੇਗੀ ਕੀ ਵਪਾਰ ਧੰਦਾ ਖੁੱਲ ਪਾਏਗਾ ਕਿ ਨਹੀਂ ਖੁੱਲ ਪਾਏਗਾ ਸੋ ਵੱਡੇ ਐਲਾਨ ਪੰਜਾਬ ਸਰਕਾਰ ਨੇ ਕੀਤੇ ਨੇ ਲਗਾਤਾਰ ਪੰਜਾਬ ਦੇ ਵਿੱਚ ਕੇਸਸ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਸੀਗਾ ਪੋਜ਼ਿਟਿਵ ਕੇਸ ਲਗਾਤਾਰ ਘਟ ਰਹੇ ਸੀਗੇ ਮੌਤ ਦਰ ਵੀ ਲਗਾਤਾਰ ਘਟ ਰਹੀ ਸੀ ਜਿਨ੍ਹਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪੰਜਾਬ ਸਰਕਾਰ ਨੇ ਵੱਡੀ ਢਿੱਲ ਦਿੱਤੀ ਹੈ ਜੋ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਵਿੱਚ ਲਗਭਗ ਹਰ ਵਰਗ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦੱਸ ਦਿਆਂ ਸਭ ਤੋਂ ਪਹਿਲਾਂ ਨਾਈਟ ਕਰਫਿਊ ਦੀ ਟਾਈਮਿੰਗ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਜਿੱਹਾਂ ਰਾਤ 8 ਵਜੇ ਤੋਂ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਕਰੇਗਾ ਜਿਹੜਾ ਪਹਿਲਾਂ 7 ਵਜੇ ਲਗਦਾ ਸੀਗਾ ਇਹਦਾ ਮਤਲਬ ਜੇ 7 ਵਜੇ ਲਗਦਾ ਸੀ ਤਾਂ 6 ਵਜੇ ਤੱਕ ਦੁਕਾਨਦਾਰਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਮਾਰਕੀਟ ਦੇ ਵਿੱਚ ਆਪਣੀ ਦੁਕਾਨਾ ਖੋਲ੍ਹ ਸਕਦੇ ਹੋ ਤਾ ਜੋ 7 ਵਜੇ ਮੁਕੰਮਲ ਤੌਰ ਤੇ ਲਾਕਡਾਊਨ ਲੱਗ ਜਾਇਆ ਕਰੇ ਹੁਣ 8 ਵਜੇ ਨਾਈਟ ਕਰਫਿਊ ਜਾਂ 8 ਵਜੇ ਲਾਕਡਾਊਨ ਕਹਿ ਸਕਦੇ ਹੋ ਕਿ ਲਗਾਉਣ ਦਾ ਐਲਾਨ ਕੀਤਾ ਗਿਆ ਜਿਹੜਾ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਯਾਨੀ ਕਿ ਹੁਣ ਤੁਸੀਂ ਆਪਣੀਆਂ ਦੁਕਾਨਾਂ ਕੰਮ ਧੰਦੇ ਜਿਹੜੇ ਨੇ 1 ਘੰਟੇ ਦੀ ਹੋਰ ਐਕਸਟੈਂਸ਼ਨ ਤੁਹਾਨੂੰ ਮਿਲ ਗਈ ਹੈ 7 ਵਜੇ ਤੱਕ ਆਪਣੀਆਂ ਦੁਕਾਨਾਂ ਕੰਮ ਧੰਦੇ ਖੋਲ ਸਕਦੇ ਹੋ ਕਿਉਂਕਿ 8 ਵਜੇ ਤੋਂ ਲਾਕਡਾਊਨ ਲੱਗੇਗਾ ਇਹ ਇੱਕ ਵੱਡਾ ਐਲਾਨ ਇੱਕ ਵੱਡੀ ਰਾਹਤ ਦਿੱਤੀ ਹੈ ਪੂਰੇ ਪੰਜਾਬ ਦੇ ਵਿੱਚ ਹੁਣ ਲਾਕਡਾਊਨ ਹੈ ਜਿਹੜਾ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਕਰੇਗਾ ਤੇ ਕੰਮ ਤੰਦੇ ਦੁਕਾਨਾਂ ਵਪਾਰ ਹਰ ਤਰ੍ਹਾਂ ਦੀਆਂ ਦੁਕਾਨਾਂ ਤਕਰੀਬਨ 7 ਵਜੇ ਤੱਕ ਖੋਲ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਬੰਦ ਕਰਨੀਆਂ ਪੈਣੀਆਂ ਨੇ ਇੱਕ ਹੋਰ ਵੱਡੀ ਰਾਹਤ ਜਿਹੜੀ ਦਿੱਤੀ ਹੈ ਉਹ ਦਿੱਤੀ ਹੈ ਜਿਮ ਵਾਲਿਆਂ ਨੂੰ ਜਿਹਨ ਲਗਾਤਾਰ ਜਿਮ ਬਲੇ ਤਰਨੇ ਪ੍ਰਦਰਸ਼ਨ ਵੀ ਕਰ ਰਹੇ ਸੀਗੇ ਰੋਸ ਮਜ਼ਾਰਤ ਵੀ ਕਰ ਰਹੇ ਸੀਗੇ ਸਿਰਫ ਅਸੀਂ ਇਹ ਤੁਹਾਨੂੰ ਦੱਸਿਆ ਸੀਗਾ ਕਿ 15 ਤਰੀਕ ਇਹ 16 ਤਰੀਕ ਤੋਂ ਤੁਸੀਂ ਜਿਮ ਖੋਲ ਸਕਦੇ ਹੋ ਉਹੀ ਗੱਲ ਹੋਈ ਹੈ ਅੱਜ ਪੰਜਾਬ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਜਿਮ ਹੋਟਲ ਸਿਨੇਮਾ ਹਾਲ ਤੇ ਰੈਸਟੋਰੈਂਟ ਨੂੰ 50% ਕੈਪੈਸਿਟੀ ਨਾਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਣਿਆ ਜਿਮ ਹੋਟਲ ਸਿਨੇਮਾ ਹਾਲ ਤੇ ਰੈਸਟੋਰੈਂਟ ਨੂੰ 50% ਕੈਪੈਸਿਟੀ ਨਾਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਫਾਈਨ ਡਾਈਨ ਕਰਨ ਵਾਲੇ ਰੈਸਟੋਰੈਂਟ ਹੋਟਲ ਨੇ ਜਿਹੜੇ ਉਹ 50% ਕੈਪੈਸਿਟੀ ਨਾਲ ਖੋਲ ਸਕਦੇ ਨੇ ਜਿਨ੍ਹਾਂ ਤੇ ਮੁਕੰਮਲ ਪਹਿਲਾਂ ਰੋਕ ਲੱਗੀ ਹੋਈ ਸੀ ਹੁਣ ਉਹ ਖੋਲਣ ਦਾ ਐਲਾਨ ਸਰਕਾਰ ਨੇ ਕਰ ਦਿੱਤਾ ਹੈ ਜਿਮ ਤੁਸੀਂ ਖੋਲ ਸਕਦੇ ਹੋ ਹੋਟਲ ਖੋਲ ਸਕਦੇ ਹੋ ਸਿਨੇਮਾ ਹਾਲ ਖੋਲ ਸਕਦੇ ਹੋ ਰੈਸਟੋਰੈਂਟ ਖੋਲ ਸਕਦੇ ਹੋ 50% ਕੈਪੈਸਿਟੀ ਦੇ ਨਾਲ 16 ਤਰੀਕ ਨੂੰ ਇਹ ਸਾਰੀਆਂ ਚੀਜ਼ਾਂ ਖੁੱਲਣ ਗਿਆ ਅਸੀਂ ਤੁਹਾਨੂੰ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ 15 ਜਾਂ 16 ਨੂੰ ਜਿਮ ਖੁੱਲ ਜਾਣਗੇ ਉਹੀ ਗੱਲ ਹੋਈ ਹੈ ਪੰਜਾਬ ਸਰਕਾਰ ਨੇ ਅੱਜ ਐਲਾਨ ਕਰ ਦਿੱਤਾ ਇੱਕ ਹੋਰ ਗੱਲ ਦੱਸਦੀ ਹੈ ਕਿ ਜਿਨਨੇ ਵੱਡੇ ਹੋਟਲ ਨੇ ਉਹਨਾਂ ਦੇ ਵਿੱਚ ਜਿਨਨੇ ਸਵਿੰਗ ਪੂਲ ਨੇ ਉਹ ਬੰਦ ਰਹਿਣਗੇ ਸਵਿੰਗ ਪੂਲ ਹਲੇ ਤੁਸੀਂ ਨਹੀਂ ਖੋਲ ਸਕਦੇ ਇਸ ਤੋਂ ਇਲਾਵਾ ਵਿਆਹ ਤੇ ਸ਼ੌਕ ਸਮਾਗਮਾਂ ਲਈ 50 ਲੋਕਾਂ ਦੀ ਮਨਜ਼ੂਰੀ ਦੇ ਦਿੱਤੀ ਹੈ ਪਹਿਲਾਂ ਸਿਰਫ 20 ਤੇ 30 ਦੀ ਮਨਜ਼ੂਰੀ ਸੀ ਹੁਣ ਇਹ ਬਤਾ ਦਿੱਤੀ ਗਈ ਹੈ ਕਿੰਨੀ ਤੀ तकरीबन ਭਾਵੇਂ ਵਿਆਹ ਹੋਵੇ ਸੋਕ ਸਮਾਗਮ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਸ਼ਨ ਵਰਗਾ ਮਾਹੌਲ ਹੋਵੇ ਤੁਸੀਂ 50 ਲੋਕਾਂ ਨੂੰ ਇਕੱਠਾ ਕਰ ਸਕਦੇ ਹੋ ਆਊਟਡੋਰ ਇਨਡੋਰ 50 ਲੋਕਾਂ ਦੀ ਜਿਹੜੀ ਮਨਜ਼ੂਰੀ ਹੈ ਉਹ ਮਿਲ ਚੁੱਕੀ ਹੈ ਉਸ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਖਾਸ ਮਨਜ਼ੂਰੀ ਨਹੀਂ ਲੈਣੀ ਪਵੇਗੀ ਭਾਵੇਂ ਤੁਹਾਡਾ ਕੋਈ ਸੋਕ ਸਮਾਗਮ ਹੈ ਭਾਵੇਂ ਕੋਈ ਵਿਆਹ ਸਮਾਗਮ ਹੈ 50 ਲੋਕਾਂ ਦੀ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਵੱਡੀ ਗੱਲ ਇਹ ਹੈ ਪਬ ਕਲੱਬ ਤੇ ਆਹਾਤੇ ਜਿਹੜੇ ਨੇ ਉਹ ਹਲੇ ਬੰਦ ਰਹਿਣਗੇ ਬੜੇ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਜੇ ਰੈਸਟੋਰੈਂਟ ਹੋਟਲ ਖੋਲੇ ਜਾਂਦੇ ਨੇ ਤਾਂ ਹੋ ਸਕਦਾ ਕਿ ਪਬ ਕਲੱਬ ਵੀ ਖੋਲਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਪਰ ਅਜਿਹਾ ਨਹੀਂ ਹੈ ਸਰਕਾਰ ਨੇ ਪਬ ਕਲੱਬ ਤੇ ਆਹਾਤੇ ਹਲੇ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ ਹਲੇ ਨਹੀਂ ਖੁੱਲਿਆ ਜਾਏਗਾ ਉਹਨਾਂ ਨੂੰ ਹੋ ਸਕਦਾ ਹੈ ਕਿ ਅਗਲੇ ਹਫਤੇ ਉਹ ਵੀ ਖੋਲ ਦਿੱਤੇ ਜਾਣ ਪਰ ਫਿਲਹਾਲ ਪਬ ਜਿੰਨੇ ਵੀ ਨਾਈਟ ਕਲੱਬ ਨੇ ਤੇ ਜਿੰਨੇ ਵੀ ਆਹਾਤੇ ਨੇ ਠੇਕਿਆਂ ਦੇ ਨਾਲ ਕੋਲੇ ਹੁੰਦੇ ਨੇ ਉਹ ਫਿਲਹਾਲ ਬੰਦ ਰਹਿਣਗੇ ਸਕੂਲ ਕਾਲਜ ਯੂਨੀਵਰਸਟੀਆਂ ਵਿਦਿਅਕ ادارے ਸਾਰਾ ਕੁਝ ਉਹ ਬੰਦ ਰਹੇਗਾ ਔਰ ਇੱਕ ਹੋਰ ਖਾਸ ਗੱਲ ਇਹ ਹੈ ਵਾਰ-ਵਾਰ ਸਾਡੇ ਤੋਂ ਇਹ ਪੁੱਛਿਆ ਜਾ ਰਿਹਾ ਸੀਗਾ ਕਿ ਜਿਨਨੇ ਅ ਇੰਸਟੀਚਿਊਟ ਨੇ ਪਾਵੇ ਉਹ ਟਿਊਸ਼ਨ ਇੰਸਟੀਚਿਊਟ ਨੇ ਕਲਾਸਿਸ ਇੰਸਟੀਚਿਊਟ ਨੇ ਕਿ ਉਹ ਖੋਲਣ ਦੀ ਇਜਾਜ਼ਤ ਹੋਵੇਗੀ ਇਸ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਉਹਨਾਂ ਨੂੰ ਖੋਲਿਆ ਜਾਏਗਾ ਕਿ ਨਹੀਂ ਖੋਲਿਆ ਜਾਏਗਾ ਫਿਲਹਾਲ ਉਹਨਾਂ ਨੂੰ ਬੰਦ ਰੱਖਣ ਦੀ ਹੀ ਨਸੀਹਤ ਦਿੱਤੀ ਜਾਂਦੀ ਹੈ ਕਿਉਂਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਦੀ ਕੋਈ ਵੀ ਗੱਲ ਫਿਲਹਾਲ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਵੀਕਐਂਡ ਕਰਫਿਊ ਜਿਹੜਾ ਪਹਿਲਾਂ ਸ਼ਨੀ ਐਤਵਾਰ ਹੁੰਦਾ ਸੀਗਾ ਪਿਛਲੇ ਹਫਤੇ ਤੋਂ ਸ਼ਨੀਵਾਰ ਹਟਾ ਦਿੱਤਾ ਗਿਆ ਸੀਗਾ ਸਿਰਫ ਐਤਵਾਰ ਰੱਖਿਆ ਗਿਆ ਸੀਗਾ ਉਸੇ ਨੂੰ ਹੀ ਅੱਗੇ ਤੋਰਦਿਆਂ ਹੋਇਆਂ ਵੀਕਐਂਡ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ ਦੁਬਾਰਾ ਫਿਰ ਤੋਂ ਤੁਹਾਨੂੰ ਦੱਸਦੀ ਹੈ ਵੀਕਐਂਡ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗੇਗਾ ਇਸ ਤੋਂ ਇਲਾਵਾ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਕੇਵਲ 50% ਸਟਾਫ ਬਲਾਉਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਇੱਕ ਵੱਡਾ ਐਲਾਨ ਹੈ ਕਿਉਂਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਜ ਦਾ ਹਰਜਾਨਾ ਬਹੁਤ ਹੋ ਰਿਹਾ ਸੀਗਾ ਲੋਕ ਜਾਂਦੇ ਸੀ ਤਾਂ ਮੁਲਾਜ਼ਮ ਨੂੰ ਕਹਿੰਦੇ ਸੀ ਅਸੀਂ ਤਾਂ 50% ਦਾ ਜੀ ਕੰਮ ਨਹੀਂ ਹੋ ਪਾਏਗਾ ਇਸ ਕਰਕੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ 50% ਸਟਾਫ ਬਲਾਉਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੁਣ ਵਿਭਾਗ ਮੁਖੀ ਆਪਣੇ ਪੱਧਰ ਤੇ ਸਟਾਫ ਬਲਾਉਣ ਦਾ ਫੈਸਲਾ ਲਏਗਾ ਜੇ ਉਹਦਾ ਕੰਮ ਨਹੀਂ ਸਰਦਾ ਤਾਂ ਸਾਰੇ ਸਟਾਫ ਨੂੰ ਬੁਲਾ ਸਕਦਾ ਹੈ ਕਰੋਨਾ ਦਾ ਪ੍ਰਕੋਪ ਘਟਣ ਨੂੰ ਮੁੱਖ ਰੱਖ ਕੇ ਫੈਸਲਾ ਲਿਆ ਗਿਆ ਹੈ ਦਫਤਰਾਂ ਦੇ ਵਿੱਚ ਸੈਨੀਟਾਈਜੇਸ਼ਨ ਤੇ ਸਮਾਜਿਕ ਦੂਰੀ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏਗਾ ਇਸ ਤੋਂ ਇਲਾਵਾ ਦਿਵਿਆਂਗ ਨੇਤਰਹੀਣ ਸਿਹਤ ਪੱਖੋਂ ਪੀੜਤ ਅਤੇ ਗਰਭਵਤੀ ਔਰਤਾਂ ਨੂੰ અત્યੰਤ ਲੋੜ ਪੈਣ ਤੇ ਹੀ ਬੁਲਾਇਆ ਜਾਵੇਗਾ ਸਰਕਾਰੀ ਦਫਤਰਾਂ ਦੇ ਵਿੱਚ ਇਹ ਵੱਡੇ ਐਲਾਨ ਕੀਤੇ ਗਏ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਕਿ ਏਸੀ ਬੱਸਾਂ ਨੂੰ 50% ਸਵਾਰੀਆਂ ਨਾਲ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਹਿਲਾਂ ਏਸੀ ਬੱਸਾਂ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਹੁਣ ਇਹ ਕਿਹਾ ਗਿਆ ਕਿ 50% ਸਵਾਰੀਆਂ ਦੇ ਨਾਲ ਸਟਰੈਂਥ ਦੇ ਨਾਲ ਇਹ ਬੱਸਾਂ ਨੇ ਜੜੀਆਂ ਏਸੀ ਬੱਸਾਂ ਨੇ ਜੜੀਆਂ ਉਹ ਚਲਾਈਆਂ ਜਾ ਸਕਦੀਆਂ ਨੇ ਸੋ ਵੱਡੇ ਐਲਾਨ ਜੜਦੇ ਉਹ ਅੱਜ ਕੀਤੇ ਗਏ ਨੇ ਵੱਡੀ ਰਾਹਤ ਤੇ ਜੜੀ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਅਜਿਹੀਆਂ ਹੀ ਹਦਾਇਤਾਂ ਅਜਿਹੀਆਂ ਰਾਹਤਾਂ ਦਿੱਤੀਆਂ ਗਿਆ ਨੇ ਹਾਲਾਂਕਿ ਪੰਜਾਬ ਤੋਂ ਇੱਕ ਕਦਮ ਅੱਗੇ ਵਧਿਆ ਹੋਇਆ ਉਹਨਾਂ ਨੇ ਦੁਕਾਨ ਜੜੀਆਂ ਨੇ ਦੁਕਾਨਾਂ ਨੇ ਆ ਜਿੰਨੇ ਵੀ ਸ਼ਾਪਿੰਗ ਕੰਪਲੈਕਸ ਨੇ ਉਹਨਾਂ ਦੀ ਟਾਈਮਿੰਗ ਹੋਰ ਜ਼ਿਆਦਾ ਵਧਾ ਦਿੱਤੀ ਹੈ ਪੰਜਾਬ ਦੇ ਨਾਲ ਸ ਵਿੱਚ ਵੱਡੀ ਖਬਰ ਅੱਜ ਤੋਂ ਇਹੀ ਹੈਗੀ ਹੈ ਕਿ ਲਾਕਡਾਊਨ ਰਾਤ ਦਾ ਜਿਹੜਾ ਉਹ 8 ਵਜੇ ਤੋਂ ਸ਼ੁਰੂ ਹੋਏਗਾ ਸਵੇਰੇ 5 ਵਜੇ ਤੱਕ ਲੱਗੇਗਾ ਯਾਨੀ ਕਿ ਤੁਸੀਂ ਦੁਕਾਨਾਂ 7 7:30 ਵਜੇ ਤੱਕ ਖੋਲ ਸਕਦੇ ਹੋ ਹਾਲਾਂਕਿ ਇਹ ਅਦਕਾਰ ਖੇਤਰ ਵੀ ਡਿਪਟੀ ਕਮਿਸ਼ਨਰਾਂ ਨੇ ਦਿੱਤਾ ਗਿਆ ਪਰ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਸੀਂ 7:30 ਤੱਕ ਕਪੜੀਆਂ ਹੁਣ ਦੁਕਾਨਾਂ ਖੋਲ ਸਕਦੇ ਹੋ 7 ਵਜੇ ਤੱਕ ਕਿਉਂਕਿ 8 ਵਜੇ ਤੋਂ ਲਾਕਡਾਊਨ ਸ਼ੁਰੂ ਹੋ ਜਾਏਗਾ ਵੀਕਐਂਡ ਲਾਕਡਾਊਨ ਸ਼ਨੀਵਾਰ ਰਾਤ 8 ਵਜੇ ਸ਼ੁਰੂ ਹੋਏਗਾ ਸੋਮਵਾਰ ਸਵੇਰੇ 5 ਵਜੇ ਤੱਕ ਰਹ ਰੈਸਟੋਰੈਂਟ ਵਾਲਿਆਂ ਨੂੰ ਹੋਟਲ ਵਾਲਿਆਂ ਨੂੰ ਜਿਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਖੋਲ ਸਕਦੇ ਹੋ ਪਰ ਸਿਰਫ 50% ਸਟਰੈਂਥ ਰਹੇਗੀ ਹੁਣ ਇਹਨਾਂ ਚੀਜ਼ਾਂ ਦੀ ਪਾਲਣਾ ਕਿਵੇਂ ਹੋਏਗੀ ਕਿਵੇਂ ਨਹੀਂ ਹੋਏਗੀ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਕਿ ਇੱਕ ਇੱਕ ਜਿਮ ਨੂੰ ਜਾ ਕੇ ਚੈੱਕ ਕੀਤਾ ਜਾਏਗਾ ਇੱਕ ਇੱਕ ਰੈਸਟੋਰੈਂਟ ਨੂੰ ਜਾ ਕੇ ਚੈੱਕ ਕੀਤਾ ਜਾਏਗਾ ਇੱਕ ਇੱਕ ਹੋਟਲ ਨੂੰ ਜਾ ਕੇ ਚੈੱਕ ਕੀਤਾ ਜਾਏਗਾ ਸੋ ਜਿਹੜੀਆਂ ਜਿਹੜੀਆਂ ਗਾਈਡਲਾਈਨਸ ਨੇ ਇਹ ਵੇਗ ਦੇ ਵਿੱਚ ਦਿੱਤੀਆਂ ਤਾਂ ਜਾਣਦੀਆਂ ਨੇ ਪਰ ਕੀ ਇਨ ਬਿਨ ਇਹਨਾਂ ਦੀ ਪਾਲਣਾ ਹੋ ਪਾਏਗੀ ਇਹ ਇੱਕ ਵੱਡਾ ਸਵਾਲ ਜ਼ਰੂਰ ਹੁੰਦਾ ਨਾਲ ਹੀ ਥੀਏਟਰਸ ਖੋਲਣ ਦਾ ਵੀ ਐਲਾਨ ਕਰ ਦਿੱਤਾ ਗਿਆ 50% ਕਪੈਸਿਟੀ ਨਾਲ ਥੀਏਟਰ ਖੋਲ ਸਕਦੇ ਹੋ ਹਾਲਾਂਕਿ ਬਹੁਤੀਆਂ ਫਿਲਮਾਂ ਤਾਂ ਨਹੀਂ ਆ ਰਹੀਆਂ ਬਹੁਤ ਸਾਰੀਆਂ ਮੂਵੀਜ਼ ਨੇ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ ਜਾਂ ਬੜੀਆਂ ਸਾਰੀਆਂ ਮੂਵੀਜ਼ ਦੀ ਸ਼ੂਟਿੰਗ ਵੀ ਰੁਕੀ ਹੋਈ ਹੈ ਪਰ ਫਿਰ ਵੀ ਪੰਜਾਬ 80% ਸਟਰੈਂਥ ਦੇ ਨਾਲ ਥੀਏਟਰ ਖੋਲਣ ਦਾ ਵੀ ਐਲਾਨ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਖੋਲ ਸਕਦੇ ਹੋ ਸੋ ਇਹ ਵੱਡੀਆਂ ਗਾਈਡਲਾਈਨਸ ਹੈਗੀਆਂ ਪਰ ਬੜੇ ਸਾਰੇ ਲੋਕਾਂ ਨੂੰ ਬੜੀ ਆਸ ਤੇ ਉਮੀਦ ਸੀ ਕਿ ਸਕੂਲ ਕਾਲਜ ਸ਼ਾਇਦ ਖੋਲਣ ਦਾ ਐਲਾਨ ਕੀਤਾ ਜਾ ਸਕਦਾ ਹੈ ਯੂਨੀਵਰਸਿਟੀਆਂ ਖੋਲਣ ਦਾ ਐਲਾਨ ਕੀਤਾ ਜਾ ਸਕਦਾ ਹੈ ਸਕੂਲ ਕਾਲਜ ਯੂਨੀਵਰਸਿਟੀਆਂ ਖੋਲਣ ਦਾ ਹਲੇ ਤੱਕ ਕੋਈ ਐਲਾਨ ਨਹੀਂ ਹੈ ਔਰ ਸਭ ਤੋਂ ਵੱਡਾ ਇੰਤਜ਼ਾਰ ਜਿਹੜਾ खास तौर पर बारहवीं के बच्चों है कि पंजाब स्कूल एजुकेशन बोर्ड बारहवीं के एग्जाम्स बारे कोई फैसला हले तक नहीं लै पाया क्यों नहीं लै पाया की फैसला लिया जाएगा इस बारे भी हले तक सरकार ने कुछ स्पष्ट नहीं किता, सरकार बार एक गल जरूर कह रही है बोर्ड वार बार एक गल जरूर कह रहा है ਇਸ ਹਫਤੇ ਦੇ ਵਿੱਚ ਅਸੀਂ ਕਲੀਅਰ ਕਰ ਦਵਾਂਗੇ ਕਿ 12ਵੀਂ ਦੇ ਇਮਤਿਹਾਨ ਅਸੀਂ ਲੈਣੇ ਨੇ ਜਾਂ ਨਹੀਂ ਲੈਣੇ ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਜੁੜੇ ਹੋਏ ਬੱਚਿਆਂ ਦਾ ਪੂਖ ਦਾਤ ਲੱਗਿਆ ਹੋਇਆ ਲੱਖਾਂ ਬੱਚਿਆਂ ਦਾ ਪੂਖ ਦਾਤ ਲੱਗਿਆ ਹੋਇਆ ਲਗਾਤਾਰ ਸਾਨੂੰ ਕਮੈਂਟਸ ਦੇ ਵਿੱਚ 90% ਬੱਚੇ ਜਿਹੜੇ ਕਮੈਂਟਸ ਕਰਦੇ ਨੇ ਉਹ ਇਹੀ ਕਰਦੇ ਨੇ ਕਿ ਐਗਜ਼ਾਮ ਨਹੀਂ ਲੈਣੇ ਚਾਹੀਦੇ ਇਹਨਾਂ ਹਾਲਾਤਾਂ ਦੇ ਵਿੱਚ ਐਗਜ਼ਾਮ ਨਹੀਂ ਹੋਣੇ ਚਾਹੀਦੇ ਅਸੀਂ ਮਾਨਸਿਕ ਸੰਤੁਲਨ ਸਾਡਾ ਵਿਗੜਿਆ ਹੋਇਆ ਹੈ ਪੂਰੀ ਤਰ੍ਹਾਂ ਬੜਾ ਦਬਾਅ ਹੈ ਸਾਡੇ ਦੇ ਉੱਤੇ ਇਸ ਕਰਕੇ ਇਹਨਾਂ ਐਗਜ਼ਾਮਸ ਨੂੰ ਰੱਦ ਕਰ ਦੇਣਾ ਚਾਹੀਦਾ ਜਿਵੇਂ ਸੀਬੀਐਸਸੀ ਨੇ ਕੀਤਾ ਹੁਣ ਪੰਜਾਬ ਸਕੂ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਨਾਲ ਹੀ ਇੱਕ ਹੋਰ ਗੱਲ ਜਿਹੜੀ ਵੱਡੀ ਰਾਹਤ ਵਾਲੀ ਗੱਲ ਤਾਂ ਹੈ ਹੀ ਹੈ ਕਿ ਸਭ ਕੁਝ ਖੋਲ ਦਿੱਤਾ ਗਿਆ ਪਰ ਸਾਨੂੰ ਸਬਕ ਲੈਣਾ ਪਏਗਾ ਸਾਨੂੰ ਸਬਕ ਸਿੱਖਣਾ ਪਏਗਾ ਪਿੱਛੇ ਵੀ ਜਦੋਂ ਰਾਹਤ ਦਿੱਤੀ ਸੀ ਪਿੱਛੇ ਵੀ ਜਦੋਂ ਹਦਾਇਤਾਂ ਜਾਰੀ ਕੀਤੀਆਂ ਸੀਗੀਆਂ ਗਾਈਡਲਾਈਨਸ ਜਾਰੀ ਕੀਤੀਆਂ ਸੀਗੀਆਂ ਉਹਦੇ ਵਿੱਚ ਬੜੀ ਰਾਹਤ ਦਿੱਤੀ ਸੀ ਤਾਂ ਲੋਕ ਘਰਾਂ ਤੋਂ ਬਾਹਰ ਆ ਕੇ ਘੁੰਮਣ ਫਿਰਨ ਲੱਗੇ ਮਾਸਕ ਉਤਾਰ ਦਿੱਤੇ ਸਭ ਕੁਝ ਖਤਮ ਹੋ ਗਿਆ ਤਾਂ ਜੋ ਸੈਕੰਡ ਵੇਵ ਆਈ ਉਸਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਸੋ ਉਹਨਾਂ ਚੀਜ਼ਾਂ ਨੂੰ ਆਪਾਂ ਨੇ ਧਿਆਨ ਦੇ ਵਿੱਚ ਹੀ ਰੱਖਣਾ ਹੈ ਜ਼ਰੂਰੀ ਹੋਵੇ ਤਾਂ ਹੀ ਅਸੀਂ ਭੀੜ-ਪਾੜ ਵਾਲੀਆਂ ਥਾਵਾਂ ਤੇ ਜਾਈਏ ਨਾ ਜਾਈਏ ਤਾਂ ਜ਼ਿਆਦਾ ਬਿਹਤਰ ਰਹੇਗਾ ਕਿਉਂਕਿ ਲਗਾਤਾਰ ਕਿਸੇ ਨੂੰ ਨਹੀਂ ਪਤਾ ਕਿ 3rd ਵੇਵ ਆਏਗੀ ਨਹੀਂ ਆਏਗੀ ਜੇ ਆਏਗੀ ਤਾਂ ਕਿਦਾਂ ਦੀ ਆਏਗੀ ਇਸ ਕਰਕੇ ਆਪਣੀ ਸੁਰੱਖਿਆ ਦੇ ਤੁਸੀਂ ਆਪ ਹੀ ਜ਼ਿੰਮੇਵਾਰ ਹੋ ਆਪਣੀ ਸੁਰੱਖਿਆ ਨੂੰ ਆਪ ਹੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਸਾਰੀਆਂ ਗੱਲਾਂ ਨੂੰ ਪੁਖਤਾ ਕਰੋ ਜੰਦੇ-ਜੰਦੇ ਇੱਕ ਸਵਾਲ ਤੁਹਾਡੇ ਅਸਤੇ ਜ਼ਰੂਰ ਛੱਡ ਜਣਿਆ ਕਿ ਕੀ ਤੁਹਾਨੂੰ ਲੱਗਦਾ ਹੈ ਇਨਾ ਜਿਹੜੀਆਂ ਵੀ ਗਾਈਡਲਾਈਨਸ ਦੇ ਵਿੱਚ ਹਦਾਇਤਾਂ ਦੇ ਵਿੱਚ ਰਾਹਤ ਦਿੱਤੀ ਗਈ ਹੈ ਉਸ ਰਾਹਤ ਨੂੰ ਰਾਹਤ ਦੇ ਤੌਰ ਤੇ ਹੀ ਲੈਣਾ ਚਾਹੀਦਾ ਹੈ ਨਜਾਇਜ਼ ਤੌਰ ਤੇ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਇਹ ਇਹ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਸਾਡੀ ਸਭ ਦੀ ਹੈ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਜਿੰਨੀਆਂ ਗਾਈਡਲਾਈਨਸ ਜਿੰਨੀਆਂ ਹਦਾਇਤਾਂ ਦਿੱਤੀਆਂ ਗਿਆ ਨੇ ਉਹਨਾਂ ਦਾ ਇਨ ਬਿਨ ਪਾਲਣਾ ਕੀਤਾ ਜਾਣਾ ਚਾਹੀਦਾ ਹੈ ਦੇਸ਼ ਤੋਂ ਇਹ ਬਾਕੀ ਖਬਰਾਂ ਦੀ ਬਣੇਰੋ ਪੀ.ਸੀ. ਨਿਊਜ਼ ਦੇ ਨਾਲ ਧੰਨਵਾਦ